1943 ਵਿੱਚ ਚੱਲੀਆਂ ਗੋਲੀਆਂ। ਅਦਾਲਤ ਬਣੀ ਜੰਗ ਦਾ ਮੈਦਾਨ। ਸਹੁਰੇ ਵੱਲੋਂ ਗੋਲੀ ਮਾਰ ਕੇ ਆਪਣੇ ਹੀ ਜਵਾਈ ਦਾ ਕੀਤਾ ਗਿਆ ਕਤਲ। ਅਸੀਂ ਗੱਲ ਕਰਦੇ ਹਾਂ ਚੰਡੀਗੜ੍ਹ ਸੈਕਟਰ 43 ਦੀ, ਜਿੱਥੇ ਦੋ ਧਿਰਾਂ ਵਿੱਚ ਆਪਸੀ ਬਹਿਸ ਹੋਈ। ਘਰੇਲੂ ਝਗੜੇ ਨੇ ਇੱਕ ਭਿਆਨਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਰਿਟਾਇਰਡ AIG ਸਹੁਰੇ ਨੇ ਆਪਣੇ ਹੀ IRS ਜਵਾਈ ਦੇ 4 ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਮਗਰੋਂ ਕੋਰਟ ਦੀ ਸੁਰੱਖਿਆ ਉੱਤੇ ਵੀ ਸਵਾਲ ਚੁੱਕੇ ਗਏ ਕਿ ਆਖਿਰ ਇੰਨੀ ਸਖਤੀ ਤੇ ਚੈਕਿੰਗ ਦੇ ਬਾਵਜੂਦ ਵੀ ਹਥਿਆਰ ਅੰਦਰ ਕਿਵੇਂ ਆ ਗਏ। ਪਰਮਿਸ਼ਨ ਮਿਲੀ ਸੀ ਕਿ ਕੋਰਟ ਕੰਪਲੈਕਸ ਦੇ ਇਸ ਬਿਲਡਿੰਗ 'ਚ ਮੀਡੀਏਸ਼ਨ ਸੈਂਟਰ 'ਚ ਕੋਈ ਫਾਇਰਿੰਗ ਹੋਈ ਹੈ, ਉਸ ਤੋਂ ਬਾਅਦ ਲੋਕਲ ਪੁਲਿਸ ਇਮੀਡੀਏਟਲੀ ਪਹੁੰਚ ਕੇ ਇੱਥੇ ਕਾਰਵਾਈ ਕੀਤੀ। ਜਿਹੜੇ ਵਿਕਟਿਮ ਸੀ ਉਹਨਾਂ ਨੂੰ ਇਮੀਡੀਏਟਲੀ ਇੱਥੇ ਦੇ ਹੀ ਲੋਕਾਂ ਵੱਲੋਂ ਹੋਸਪਿਟਲ ਲੈ ਕੇ ਜਾਇਆ ਗਿਆ, ਜਿੱਥੇ ਉਹਨਾਂ ਦੀ ਡੈਥ ਡਿਕਲੇਅਰ ਹੋਈ। ਪੁਲਿਸ ਨੇ ਪਹੁੰਚ ਕੇ ਜਿਹੜਾ ਅਲੈਜਡ ਹੈ ਉਹਨਾਂ ਨੂੰ ਐਪਰੀਹੈਂਡ ਕੀਤਾ, ਵੈਪਨ ਜਿਹੜਾ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕੀਤਾ। ਕੁਝ ਬੁਲੇਟਸ, ਸਪੈਂਟ ਬੁਲੇਟਸ ਮਿਲੀਆਂ ਅਤੇ ਕੁਝ ਲਾਈਵ ਬੁਲੇਟਸ ਸਾਨੂੰ ਮੌਕੇ ਤੋਂ ਮਿਲੀਆਂ। ਵੈਪਨ ਸਾਨੂੰ ਮਿਲ ਗਿਆ ਅਤੇ ਐਕਿਊਜ਼ ਦੀ ਅਸੀਂ ਅਰੈਸਟ ਪਾ ਲਈ ਹੈ। ਜਿਹੜੇ ਅਲੈਜਡ ਨੇ ਉਹ ਆਪਣੀ ਵੈਪਨ ਕਿਵੇਂ ਕੋਰਟ ਕੰਪਲੈਕਸ ਦੇ ਅੰਦਰ ਲੈ ਕੇ ਆਏ, ਜਿਹੜੇ ਅਲੈਜਡ ਹੈ ਉਹ ਹਾਲੇ ਤੱਕ ਇਹ ਪਤਾ ਚੱਲਿਆ ਕਿ ਪੰਜਾਬ ਪੁਲਿਸ ਦੇ ਰਿਟਾਇਰਡ AIG ਮਾਲਵਿੰਦਰ ਸਿੰਘ ਹੈ ਉਹ ਹੈ, ਬਾਕੀ ਉਹਨਾਂ ਦੀ ਹਾਲੇ ਅਸੀਂ ਸਾਰੀ ਸ਼ਨਾਖਤ ਪਛਾਣ ਹਾਲੇ ਕਰ ਰਹੇ ਹਾਂ। ਦੋਨੋਂ ਫੈਮਿਲੀਜ਼ 'ਚ ਡਿਵੋਰਸ ਦੀ ਪ੍ਰੋਸੀਡਿੰਗ ਨੂੰ ਲੈ ਕੇ ਮੀਡੀਏਸ਼ਨ ਚੱਲ ਰਹੀ ਸੀ।